ਐ ਤੁਹਾਡਾ ਨੌਕਰ ਕਹਿ ਨੀ ਜੋ ਥੋਂ ਕੇ ਆਇਆ ਇੱਥਾਂ ਦੇਗਾ ਪਕਵਾਉਣ ਵਾਸਤੇ ਤੁਹਾਨੂੰ ਪਕਾਵਣਿਆ ਪੋਸੈਨ ਕਿਉਂ ਪਕਾਵਣਿਆ ਪੋਸੈਨ ਕਈ ਦੇਗਾ ਸ਼ੇਗਾ ਕਾ ਨਹੀਂ ਪਕਦਾ ਉੱਠੀ ਤੋਂ ਵੇ ਖਨਵਾਈ ਨੂੰ ਜਾਵੇ ਪਰ ਆਵਨ ਉਹ ਇਸ਼ਤਿਆ ਟਾਈਮ ਤੇ ਆਰਡਰ ਤਿਆਰ ਨਹੀਂ ਵੇਖਨੇ ਇੱਕ ਆਰਡਰ ਮੁਸ਼ਕਲ ਹਾਲਾਤ ਐਸਨ ਮਹਿੰਗਾਈ ਹੈ ਤੇ ਪਤਾ ਹੈ ਬੇਵੀ ਆਰਡਰ ਕਹਿ ਨਹੀਂ ਹੁੰਦੇ ਪਏ ਤੁਸਾਂ ਟਾਈਮ ਤੇ ਆਰਡਰ ਨਹੀਂ ਵੇਖਣ ਤਿਆਰ ਹੋਣ ਪੰਜ ਦੇਗਾ ਸਵੇਲੇ ਦਾ ਆਰਡਰ ਦੇ ਗਏ ਤੇ ਚਾਰ ਵਜੇ ਦੇਗਾ ਡੇ ਮਿਲ ਤਿਆਰ ਥੀ ਗਏ ਕਹਿ ਨਹੀਂ ਥਿਆ ਸਹੀ ਹੁਣ ਤਾਂ ਤੁਹਾਡੇ ਸਾਹਮਣੇ ਚਾਵਲ ਗਿਣਦਾ ਐਸਾ ਮੋਟਰਸਾਈਕਲ ਤੇ ਕਹਿੰਦਾ ਹੱਥ ਪੁਸਾਇਆ ਹੀ ਹੈ ਉਹਨੇ ਕੋ ਜੀ ਉਹ ਪੁਸਿਆ ਪੈਂਦੇ ਵਾਲਾ ਬੰਦੇ ਵਸਲ ਟਮਾਟਰ ਕਟੇ ਨੇ ਪੈਣ ਅੱਧੇ ਘੰਟੇ ਤੱਕ ਤਿਆਰ ਥੀ ਵੇ ਸਾ ਬਾਕੀ ਟਾਈਮ ਤੇ ਪੁੱਛਿਆ ਮਿਹਰਬਾਨੀ ਕੋ ਜੱਕੀ ਦੁਕਾਨਦਾਰੀ ਖਰਾਬ ਕੀਤੀ ਮੈਨੂੰ ਟਾਈਮ ਦਾ ਆਰਡਰ ਤਿਆਰ ਕਰਨ ਲੈ ਕਹਿੰਦਾ ਢਿੱਲੇ ਬਲਾ ਮੇ ਕੋ ਟਕਰਿਓ ਮਹੀਨਾ ਮੁਕਦਾ ਕਰੀ ਪਹਿਲੇ ਸਿਰ ਥੀ ਉਹ ਆਵੀ ਸਭ ਤਨਖਾਹ ਦਿਓ ਯਾ ਇਹ ਤੇ ਸਾਡਾ ਹੱਕ ਹੈ ਤਨਖਾਹ ਦਾ ਹੱਕ ਹੈ ਤੋ ਹੱਕ ਇਹ ਵੀ ਹੈ ਕਿ ਟਾਈਮ ਤੇ ਤੁਹਾਂ ਦੇਗਾ ਤਿਆਰ ਕਰੋ ਸਹੀਆ ਤੇ ਦੇਗਾ ਹੀ ਚੰਗਾ ਟੇਸਟ ਬਣਾਇਆ ਕਰੋ ਤਾਂ ਕਿ ਇੱਕ ਜਿਹੜਾ ਖਾਵੇ ਚਾਰ ਬੇ ਕੋ ਆਖੇ ਵਜਰੇ ਜਿਤਨਾ ਬੰਦੇ ਕਹਿੰਦੇ ਕੁਛ ਦਿਨ ਵੀ ਕਿਹੜੇ ਪਕਵਾਨ ਵਾਲੇ ਕੋਲ ਪਕਵਾਏ ਵੇ ਤੇ ਨਾ ਹੁੰਦੇ ਕਿਆ ਸਹੀ ਵਾਹ ਥੋੜੀ ਮਿਹਨਤ ਕਿਦਾਂ ਕਰੋ ਸਾਫ ਸੁਥਰਾ ਪਕਾਇਆ ਕਰੋ ਤੇ ਉਹਨੇ ਕੋ ਟੇਸਟ ਵੀ ਅੱਛਾ ਦਿੱਤਾ ਕਰੋ ਅੱਗੇ ਕਿਰੇ ਗਿੱਲਾ ਆਏ ਸਾਰਾ ਚਾਵਲੇ ਦਾ ਸਵੇਲ ਦਾ ਤੇ ਕੋ ਬਾਅਦ ਆੜਾ ਉਹਨੇ ਕੋ ਛੇਕ ਛੇਕ ਦਿੱਤਾ ਹੀ ਕਾਰੀਗਰੇ ਕੋ ਜਿਆ ਨਹੀਂ ਛੇਕ ਤੇ ਦਿੱਤੇ ਤੇ ਫੁੱਲ ਚੰਗਾ ਕਿਤੇ ਅੱਗੇ ਕਿਰੇ ਸਾਰਾ ਗਿੱਲਾ ਆਏ ਚਾਵਲੇ ਦਾ ਪਹਿਲੇ ਕੰਮ ਚੰਗਾ ਚੱਲਦਾ ਪਿਆ ਢਿੱਲੇ ਥੇਵੇ ਦਾ ਅੱਜਕੱਲ ਕੰਮ ਹੀ ਸਲੋ ਥੀ ਯਾ ਗਰਮੀਆ ਦੇਖੋ ਗਰਮੀਆ ਕਿਤਨਾ ਇਹ ਤੂੰ ਸਾਡੇ ਕੋ ਜਾਵਾ ਖਾਵਾ ਮਹੀਨਾ ਲੱਗਾ ਖਾਵਾ ਛੋੜ ਦਿੱਤੇ ਅਸਲਾਮ ਅਲੈਕਮ ਮੈਂ ਕਹਿੰਦਾ ਸੀ ਵਾਸਲਾਮ ਸਲਾਮ ਕੀ ਹਾਲ ਹੈ ਭਾਈ ਸਾਹਿਬ ਠੀਕ ਹੋ ਖਰੀਆ ਤੇ ਬਾਹੋ ਸੇ ਤਸ਼ਰੀਫ ਰੱਖੋ ਮਾਸ਼ਾਅੱਲਾ ਸੇ ਮਾਸ਼ਾਅੱਲਾ ਕਿਵੇਂ ਆਇਓ ਸੇ ਪਕਵਾਨ ਸੈਂਟਰ ਹੀ ਹੋਏ ਗਦਨ ਫਰਬਈ ਦਾ ਜੈ ਜੈ ਇਹ ਪਕਵਾਨ ਸੈਂਟਰ ਹੈ ਸੇ ਮਾਸ਼ਾਅੱਲਾ ਮਾਸ਼ਾਅੱਲਾ ਮੇਰੇ ਕੋ ਆਗੇ ਨੇ ਮਾਸ਼ਾਅੱਲਾ ਇੱਥਾ ਦੇਗਾ ਸ਼ੇਗਾ ਬਹੁ ਅੱਛਾ ਪਕਦੇ ਨੇ ਲਜ਼ੀਜ਼ ਬਹੁ ਮੈਂ ਤੇ ਪਰੇ ਤੂੰ ਸਫਰ ਕਰਤੇ ਆ ਜੇ ਰੇਟ ਵੀ ਸਾਡਾ ਮناسب ਹੋਨੇ ਤੇ ਦੇਗਾ ਮੈਂ ਸਾਡਾ ਤੇ ਤਿਆਰ ਕਰ ਲੋ ਟਾਈਮ ਤੇ ਹੀ ਦੇਗਾ ਮਾਸ਼ਾਅੱਲਾ ਮਾਸ਼ਾਅੱਲਾ ਸਈਆ ਚਾਵਲ ਅੱਛੇ ਹੋਨੇ ਤੇ ਹੀ ਵਜਾ ਤੂੰ ਪਰੇ ਤੂੰ ਸਫਰ ਕਰਤੇ ਆ ਜੇ ਬਿਲਕੁਲ ਹਾਲਾਂਕਿ ਤੂੰ ਨਾਲ ਨਾਲ ਆ ਚਾਵਲ ਤੇ ਬਿਰਿਆਨੀ ਵੀ ਪੱਕਦੀ ਏ ਹੁਣ ਕੋਲ ਬਾਦ ਗੋਸ਼ਤ ਮਟਨ ਜਿਹੜੀ ਵੀ ਤਾ ਕੋ ਦੇਗ ਚਾਹੀਦੀ ਹੋ ਸੀ ਤਾ ਕੋ ਆਰਡਰ ਤੇ ਮਿਲਵੇ ਸੀ ਠੀਕ ਹੈ ਕਿਆ ਚਾਵਲ ਪਕਵਾਉਣੇ ਬਿਰਿਆਨੀ ਪਕਾਉਣੀ ਏ ਕਿਆ ਹੈ ਸਾਡਾ ਆਰਡਰ ਹੈ ਇਹ ਬਸ ਛੋਟਾ ਮੋਟਾ ਸਹੀ ਕੋਈ 100 ਦੇਗ ਪਕਾਉਣੀ ਏ ਸੌਦੇਗ ਮਾਸ਼ਾਅੱਲਾ ਮਾਸ਼ਾਅੱਲਾ ਇਹ ਪਹਿਲਾ ਵਕਤ ਅੰਦਾ ਭਈ ਮੈਂ ਨਾ ਸਹੀ ਕੱਢਣ ਦਾ ਲਾਇਸ ਨਾ ਅਸੀਂ ਤਾਂ ਕੋ ਟਾਈਮ ਤੇ ਦੇਗਾ ਮਿਲਸਨ ਔਰ ਬਿਹਤਰੀਨ ਤੁਹਾ ਖੁਸ਼ ਹੋ ਨਾ ਤਾਂ ਖੁਦਾ ਯਾਦ ਆਵੇ ਸੀ ਮਾਸ਼ਾਅੱਲਾ ਮਾਸ਼ਾਅੱਲਾ ਹਾਂ ਅੱਛਾ ਭਾਈ ਜਾਨ ਮਸਲਾ ਇਹ ਜੋ ਪੁੱਤਰ ਮੇਰਾ ਪੈ ਢੱਕਿਆ ਅੱਛਾ ਗੁਜਾਇਸ਼ ਹੈ ਤਾਂ ਕਹਿ ਨਾ ਦੇਗੇ ਪਕਵਾਉਣ ਦੀ ਇਤਨਾ ਜੇ ਅਜੇ ਮਹਿੰਗਾਈ ਹੈ ਮਹਿੰਗਾਈ ਕੋ ਮੱਦੇ ਨਜ਼ਰ ਰੱਖਣਾ ਪਉਂਦੇ ਸਹੀ ਗੱਲ ਹੈ ਉਹ ਆ ਕੇ ਜਿਹੜਾ ਨਾ ਸੇ ਅਬੂ ਜੀ ਤੁਸਾਂ 100 ਦੇਗ ਪਕਵਾਓ ਠੀਕ ਹੈ ਮੈਂ ਕਿਹਾ ਬਾ ਗਾਲ ਇਹ ਹਾਲਾਤ ਕੋ ਦੇਖ ਹਾਲਾਤ ਬਿਲਕੁਲ ਵੀ ਹਿਸਾਬ ਕਿਤਾਬ ਦੇ ਚੱਲਦੇ ਮੈਨੂੰ ਚਲੋ ਥੋੜਾ ਜਿਹਾ ਘੱਟ ਅੱਲਾ ਦੇ ਨਾਂ ਦੀ ਦੇਣੀ ਹੈ ਚੁੱਖਾ ਸਾਥੀ ਕਿਉਂ ਢੱਕਿਆ ਹੋਏ ਉਹਨੂੰ ਕੋ ਤਕਰੀਬਨ ਠੀਕ ਹੈ ਸੀ 5 ਸਾਲ ਠੀਕ ਹੈ ਹਾਲਾਤ ਹੱਕ ਬੜਦੇ ਸੀ ਬੜਦੇ ਹੀ ਨਾ 5 ਸਾਲ 5 ਸਾਲ ਢੱਕਿਆ ਪਰ ਅਗੇ ਉਹ ਤਾਂ ਖੁਸ਼ੀ ਹੋ ਸੀ ਵੀ ਮੈਂ ਛੁੱਟ ਤੇ ਅੰਦਾ ਪਿਆ ਬਿਲਕੁਲ ਮੇਰੀ ਗੱਲ ਸੁਣ ਸਕਦਾ ਆ ਜੇ ਜੇ ਉਹ ਅਗੇ 100 ਦੇਗ ਪਕਵਾਓ ਠੀਕ ਹੈ ਬਾਕੀ ਮਿਹਰਬਾਨੀ ਕਰ ਚਲੋ 50 ਪਕਵਾ ਲੈ ਨੂੰ ਅੱਲਾ ਦੇ ਨਾਂ ਤੇ ਜਿਤਨਾ ਹੀ ਨਹੀਂ ਵੀਜੇ ਸਹੀ ਲੇਕਿਨ ਕਹਿਣਾ ਹੋਵਾ ਕਿ ਅੱਬੂ ਜੀ 100 ਦੇਗ ਪੂਰੀ ਹੋਵੇ ਅੱਛਾ ਮੈਂ ਕਿ ਚਲੋ ਠੀਕ ਹੈ 100 ਦੇਗ ਪੂਰੀ ਪਕਵਾ ਲੈ ਦੂਏ ਕਿਹੜੀ ਗੱਲ ਹੈ ਖੁਸ਼ੀ ਵਾਲੀ ਗੱਲ ਹੈ ਸਹੀ ਖੁਸ਼ੀ ਵਾਲੀ ਗੱਲ ਹੈ ਪੁੱਤਰ ਕੋਲ ਦੇਗਾ ਪਿਆਰਿਆ ਹੋਣ ਬਿਲਕੁਲ ਇਹ ਗੱਲ ਹੈ ਸਹੀ ਤੇ ਰੋਲਾ ਇਹ ਬਣਿਆ ਹੀ ਸਹੀ ਜੋ ਹਮਸਾਇ ਨਾਲ ਪਈ ਹੀ ਲੜਾਈ ਅੱਛਾ ਅੱਛਾ ਤੇ ਉਹਨੇ ਦਾ ਬੰਦਾ ਮਰ ਗਿਆ ਜੀ ਅੱਛਾ ਨਿੱਕੇ ਬੇਰੇ ਦੇ ਹੱਥੋਂ ਤੇ ਬਹੁ ਢਕੀ ਗਿਆ ਜੀ ਨਿੱਕਾ ਤੋਰਾ ਜੀ ਜੀ ਕਿਆ ਥਿਆ ਜੀ ਲੜਾਈ ਥਈ ਜੀ ਅੱਛਾ ਉਹਦੇ ਵਿੱਚ ਬੰਦਾ ਇੱਕ ਮਰ ਗਿਆ
ਅੱਛਾ ਮੇਰੇ ਚੂਹਰ ਦੇ ਹੱਥੋਂ ਅੱਛਾ ਇਹ ਵਤ ਅੱਲਾ ਮਾਫ ਕਰੇ ਬਸ ਹੁਣ ਉਹ ਅੰਦਾ ਪੇ ਛੁੱਟਤੇ ਇੱਕ ਤਾਂ ਤੁਸਾਂ ਲਾਜ਼ਮੀ ਜੁੜਨਾ ਉਥਾਂ ਅੱਛਾ ਬੀਨ ਵਾਜੇ ਮੰਗਵੇਂਦੇ ਪੀਸੇ ਉਥਾਂ ਕੇ ਦੋਲ ਦਮਕੇ ਨਾਲ ਉਥੋਂ ਕੋ ਘੇਂਤੇ ਆਉਣੇ ਘਰ ਤੱਕ ਬੀਨ ਵਾਜੇ ਉਤਾ ਗਿਣਤੇ ਵਜਨੇ ਅਸਾਂ ਪਤਾ ਲੱਗੇ ਜੋ ਹੁਣ ਛੁੱਟ ਤੇ ਆਂਦਾ ਪਏ ਸੁਲਾਹ ਕਹਿਣਾ ਥਾ ਤੁਹਾਡੇ ਨਾ ਨਾ ਸੁਲਾਹ ਵਾਲੀ ਕਹਿਣੀ ਥਾਈ ਅੱਛਾ ਵੀ ਉਹ ਬੰਦਾ ਛੁੱਟ ਤੇ ਆਂਦਾ ਪਏ ਅਖਤਰ ਦਾ ਨਿਕਾਹ ਤੇ ਹੋਵੇ ਤੇ ਅਸਾਂ ਬਦਲਾ ਗਿਨੂ ਖੁਸ਼ੀ ਥਈ ਬੈਠੀ ਹੈ ਖੁਸ਼ੀ ਕਿਆ ਸੁਣ ਸੋ ਨਾ ਮੁੰਨੇ ਦੇ 60 ਬੰਦਾ ਹੈ ਤੇ ਅਲਹਮਦੁਲਿਲਾ ਅਸਾਂ ਹੀ ਸੇ ਅਸਾਂ ਤੇ ਪਹਿਲਵਾਨ ਪਹਿਲਵਾਨ ਨਹੀਂ ਗਾਲ ਤੇ ਸੁਣ ਸੋ ਗਾਲ ਸੁਣਾ ਤੂੰ ਚੁੱਪ ਕਰ ਬਹਿਵੇ ਅੱਛਾ ਅੱਛਾ ਉਹਨੇ ਸਹੀ ਪੰਜਾ ਤੜ ਮਾਰੀ ਬੈਠੀ ਵਿੱਚ ਵੱਡੇ ਦੇ ਵਿੱਚ ਨਹੀਂ ਲੈਂਦਾ ਠੀਕ ਹੈ ਸਹੀ ਯਾਰ ਮੈਂ ਬਾ ਲਈ ਨਹੀਂ ਇੱਥੀ ਬੰਦੀ ਹੈ ਠੀਕ ਹੈ 50-60 ਬੰਦਾ ਉਹਨੇ ਮੰਗਵਾ ਕੇ ਤੇ ਇਹ ਜਿਹੜੇ ਸੁਣਦੇ ਰਹੋਗੇ ਖੜੇ ਤਿੰਨੇ ਬੰਦੇ ਨੇ ਤੂੰ ਖੁਸ਼ ਚਾ ਬੈਠੀ ਅੱਛਾ ਉਹ ਵੇ 50 ਬੰਦਾ ਆ ਗਏ ਇਹ ਜਿਹੜੇ ਪਟਕੇ ਕਲਾਸ਼ਨਾ ਮੂਢੇ ਲੱਗੀਆਂ ਹੋਈਆਂ ਤਕਰੀਬਨ ਕੋਈ 16 ਗੱਡਾਂ ਆਏ ਹੁਣ ਆਏ ਤੁਹਾਡੇ ਮੁਖਾਲਫ ਆਏ ਜੀ ਜੀ ਅੱਛਾ ਉਹ ਸਹੀ ਆਪਣਾ ਦੇਰੇ ਤੇ ਵੀ ਲਈ ਬੈਠੇ ਹੁਣ ਪਕਵਾਨ ਪਕਵਾਨ ਤੇ ਲਿਖਿਆ ਕਰ ਪਹਿਲਵਾਨ ਤੇ ਗਾਣੇ ਲਿਖਿਆ ਕਰ ਨਾ ਤੇ ਕੋ ਬਦਮਾਸ਼ ਲੱਗਦੋ ਮਾਸ਼ਾਅੱਲਾ ਰੋਪ ਰਾਪ ਤੇ ਹੈ ਤੇਰਾ ਰੋਪ ਰਾਪ ਸਾ ਕੋ ਦੁਕਾਨ ਤੋਂ ਕੋਟ ਵੰਦ ਨਾ ਸਕਦੇ ਹੁਣੇ ਨਾਲ ਨਹੀਂ ਬਿੜੇ ਤੂੰ ਸਾ ਕੋ ਗਿਆ ਸਾ ਤੇਰੇ ਨਾਲ ਕਰ ਸਾ ਕੋ ਜ਼ਿੰਦਗੀ ਪਿਆਰੀ ਹੈ ਇਹ ਛੱਡੇਗਾ ਸਾ ਨਹੀਂ ਪਕੈਂਦੇ ਸਾ ਕੋ ਜ਼ਰੂਰਤ ਹੈ ਹਾਂ ਅਗਰ ਤੇ ਕੋ ਜ਼ਰੂਰਤ ਹੈ ਦੇਗਾ ਸਾ ਪਕੈ ਸੋ ਚਾਹੀ ਆ ਬਣਿਆ ਸਾਰੀ ਫੁਰਸਤ ਗਏ ਉਥਾ ਪਹੁੰਚਾਉਣ ਦੇ ਨਾ ਨਾ ਮੇਰੀ ਗੱਲ ਪਹਿਲਾਂ ਸਿਰ ਚੱਟ ਕਰਵੇਂਦੀ ਬੰਦੂਕ ਖਾਈ ਚਾਹੀ ਬਟਨ ਪਿੱਲੋ ਸਹੀ ਇਹ ਆਪਣਾ ਢੋਲ ਧਮਕ ਕੇ ਬੀਨਾ ਸ਼ੀਨਾ ਚੇਜ ਲੋ ਕੋ ਸਾਂ ਤੇ ਕੁਰਬਾਨ ਦੇ ਬੱਕਰੇ ਲਗਦੋ ਹਾਂ ਆਈ ਹਸ ਲਖੂ ਪੁੱਛੋ ਕੁਰਬਾਨ ਦੇ ਝੋਟੇ ਦੇ ਨੀਚਾ ਸਾਂ ਮੈਂ ਜਿਹੜਾ ਨਾ ਉੱਤੇ ਬੈ ਵੇ ਸਾਂ ਆਪਣੇ ਕਮਰੇ ਤੇ ਅੱਛਾ ਵਿੰਡੋ ਲੱਗੀ ਖੜੀ ਹੈ ਉਥੋਂ ਦੇਖ ਸਾਂ ਖੜਾ ਜੂ ਹੀ ਉਹਨੇ ਦੇ ਬੰਦੇ ਬਾਹਰ ਨਿਕਲਣ ਪੋਸਨ ਤੋਂ ਕੋ ਮੈਂ ਦਸਾ ਰਹੇ ਸਾਂ ਅੱਛਾ ਨਾ ਅਸਾਂ ਹੀ ਕੋ ਸਿਰੇ ਲਗਦੋ ਕਿਆ ਹੈ ਨਾ ਤੂੰ ਸਾਰਾ ਸਿਰ ਚੱਟ ਕਰਵਾਉਣ ਆਇਆ ਬੈਠੇ ਤੇ ਉਹਦੇ ਅਸਾਂ ਹੂੰ ਹੈ ਤੇ ਕੋ ਕੋਈ ਨਹੀਂ ਨਜ਼ਰ ਆ ਉਥਾਂ ਹੀ ਪ੍ਰੋਗਰਾਮ ਬਣਾਓ ਚਾਹ ਆਵੇ ਸਨ ਤੁਸਾਂ ਬੁਲਾ ਦੇਗਾ ਚਾਹ ਗਿਨਾ ਦੋਸਤ ਦਮਕੇ ਕਰਾ ਗਿਨਾ ਲਾਜ਼ਮੀ ਤੁਹਾਨੂੰ ਸਾਕੂ ਨੇ ਦੁਬਈ ਦੀ ਟਿਕਟ ਤਾਂ ਨਹੀਂ ਕੱਟੀ ਪਈ
ਖੁਸ਼ੀ ਚਾਹੀਦੀ ਹੈ ਤੂੰ ਜ਼ਿਆਦਾ ਵੱਧ ਨਾ ਪਿਆ ਤੇ ਮੈਂ ਬਿਰਾਮੇ ਵਾਲਾ ਮਸ਼ਵਰਾ ਦਿੰਦਾ ਤੁਸਾਂ ਕੀਤੀ ਕਤਲ ਬੰਦਾ ਮਾਰੀ ਖੜਾ ਕੋਈ ਚਿੜੀ ਦਾ ਬੱਚਾ ਕਹਿੰਦੇ ਮਾਰੀ ਖੜੇ ਤੇ ਬੰਦਾ ਮਾਰੀ ਖੜੇ ਸੈਨਾ ਪਿਓ ਜਿਹੜੇ ਪਟਕੇ ਬੱਧ ਦਿੰਦੇ ਮੁੱਛਾਂ ਹਨ ਤੇ ਕਲਾਸ਼ ਨਹੀਂ ਚਾਹੀਦੇ ਬੰਦੂਕ ਨਹੀਂ ਚਾਹੀਦੇ ਉੱਥੋਂ ਕੋ ਬਚੇ ਸਨ ਜਾਂ ਸਾਕੋ ਬਚੇ ਸਨ ਤੁਸਾਂ ਚੁੱਪ ਕਰ ਤੇ ਅਹਿਤਿਆਤ ਕਰ ਤੇ ਗਹਿਣਾ ਘਰ ਠੀਕ ਹੈ ਨਾ ਦੇਗਾ ਇੱਥੇ ਪਕਵਾ ਤੇ ਤੁਸਾਂ ਬੇਸ਼ੱਕ ਆਪਣਾ ਸਕੂਲ ਚਾਹ ਵਜੋ ਇਹ ਕਰੋ ਤੁਸਾਂ ਇਹ ਨਾ ਕਰੋ ਜੋ ਤੁਸਾਂ ਢੋਲ ਤੇ ਧਮਕ ਕੇ ਤੇ ਪਤਾ ਹੀ ਹੈ ਕਿ ਬੰਦੂ ਨਾ ਤਾਂ ਕੋਈ ਸਿਰੇ ਤੇ ਕਹਿਣੀ ਲੱਗਦੇ ਹੈ ਵੀਰਾਂ ਵਾਲਾ ਤਾਂ ਕੋਈ ਮਸ਼ਵਰਾ ਹੈ ਇਹ ਕੰਮ ਤੁਸੀਂ ਗਲਤ ਕਰਦੇ ਪਿਓ ਹਾਂ ਵਾਕੀ ਗਲਤ ਕੰਮ ਹੈ ਤੁਹਾਡਾ ਤੁਸੀਂ ਆਪਣੀ ਜਾਨ ਵੀ ਬਚਾਓ ਆਪਣੇ ਪੁੱਤਰ ਦੀ ਵੀ ਬਚਾਓ ਜਿਹੜੀ ਇੱਕ ਗਲਤੀ ਸੀ ਗਈ ਉਹ ਗਲਤੀ ਨੂੰ ਸੁਧਾਰੋ ਵੀ ਤੂੰ ਵੀ ਨਾ ਕਰੋ ਤੇਰੇ ਅਕਲ ਕੋ ਲੱਗੇ ਤਾਲੇ ਤੇ ਕੋਈ ਸਮਝਦਾ ਕਹਿ ਨਹੀਂ ਮੇਰੀ ਗੱਲ ਸੁਣੋ ਬੰਦੇ ਬਾ ਇਖਲਾਕ ਮੇ ਕੋ ਲੱਗਦੇ ਪਈ ਮਿਹਰਬਾਨੀ ਇਹ ਮੇਰੇ ਪੁੱਤਰ ਦੀ ਗੱਲ ਹੋ ਕੇ ਅਬੂ ਜੀ ਮੈਂ ਕਿਹਾ ਜੀ ਅਬੂ ਜੀ ਸਾਰੇ ਕੋਲ ਇੱਕ ਮੱਖੀ ਨੀ ਮਾਰੀ ਵੇਂਦੀ ਤੇ ਤੂੰ ਆਦੀ ਉਹ ਜਿਹੜੇ ਬੰਦੂਕਾਂ ਤੇ ਰਾਈਫਲਾਂ ਚ ਬਚੇ ਨੇ ਸਾਕੋਂ ਕਤਲ ਖੜੋ ਤੁਸਾਂ ਹੈ ਉਹਨੇ ਤਾਂ ਬਦਲਾ ਗਿਣਨੇ ਉਹਨੇ ਤਾਂ ਇੱਕ ਤੇ 10 ਮਾਰਨੇ ਉਹਨੇ ਕਿਤੇ ਕੀ ਮਸਲਾ ਹੈ ਥਾਣਾ ਸੁਣਿਆ ਹੈ ਸੇ ਜਿੱਠਾ ਕਿ ਨਹੀਂ ਕਾਣ ਸਾ ਸਾ ਸੁਣੇ ਯਾਰ ਬੜੇ ਅਫਸੋਸ ਦੀ ਗੱਲ ਹੈ ਮੇਕੋ ਤੇ ਰੋ ਪਰਾ ਪਾ ਲੈਂਦੀ ਅੱਖੀ ਨੇ ਇੱਕ ਦਹਿਸ਼ਤ ਆ ਲਿਆ ਅਕੀ ਜੇ ਮੇਰੇ ਨੂਰ ਅੰਨ ਮੈਂ ਉਹਨੇ ਬਾਰੇ ਦੀ ਰੋਜ਼ੀ ਕਹਿੰਦਾ ਖੜਾ ਤੂੰ ਇੱਕ ਮੇਰਾ ਕਹਿੰਦੀ ਮੇਰੇ ਮੋਰੇ ਦਾ ਮਸਲਾ ਹੈ ਮੈਂ ਇੱਕ ਔਖੇ ਸੌ ਗਈ ਆਪੇ ਰੋਜ਼ ਦਾ ਪਿਟਕਾਰਾ ਕੀਤੀ ਖਣਾ ਯਾਰ ਤੁਸਾਂ 100 ਰੁਪਏ ਦੇਖ ਦੇ ਗਿੰਦੋ ਮੈਂ ਤੁਹਾਨੂੰ 200 ਦੇਖਦਾ ਦੇ ਰੇ ਸਾਂ ਲੈ ਸਾਰਾ ਸਿਰ ਛੱਡ ਕਰ ਮੈਨੂੰ ਕਿ ਰਹੀ ਦਾ ਕੰਮ ਹੈ ਮੇਰਾ ਵਿਰਾਹ ਤੇਰੇ ਅਕਲ ਕੋ ਤਾਲੇ ਲੱਗੇ ਉਹਦੇ ਤਾਲੇ ਸਮਝਦੀ ਪਰ ਉਹਨੇ ਕਤਲ ਕੀਤੀ ਖੜੋ ਪਹਿਲੇ ਤੁਸਾਂ ਬਲਾ ਤੂੰ ਵੀ ਵਧਾ ਕਰੇ ਨਹੀਂ ਤੇਰਾ ਅਕਲ ਕੰਮ ਕਰੇ ਨੇ ਤੂੰ ਕਰੇ ਨਾ ਕੀ ਵਧੇ ਬੜੇ ਅਫਸੋਸ ਦੀ ਗੱਲ ਹੈ ਤੁਸਾਂ ਤੇ ਖੁਦ ਬੁਜ਼ਦਿਲ ਨਿਕਤੇ ਵੇ ਮੈਂ ਬੁਜ਼ਦਿਲ ਤੇ ਕੋ ਨਾ ਸਾ ਪਹਿਲਵਾਨ ਨਹੀਂ ਅੱਜੋ ਹੈ ਸਾਡਾ ਕੰਮ ਹੀ ਹੋ ਜੇ ਜੋ ਰਾਈਫਲਾਂ ਚਲਾਵਾਂ ਤਾਂ ਸਹੀ ਹੈ ਤੇ ਹੁਣ ਕੁਸ਼ਤੀਆਂ ਲੜਦੇ ਰਹਿ ਗਏ ਸਾਡਾ ਕੰਮ ਹੈ ਚਾਵਲ ਪਕਾਵਾਂ ਚਾਵਲ ਸਹੀ ਨਾ ਹੋ ਮਾਸ਼ਾਅੱਲਾ ਸਾ ਕੁਨਾ ਸਾ ਹੈ ਯਾਰ ਇਹ ਤਾਂ ਬਦਮਾਸ਼ ਲੱਗਦਾ ਬੈਠੇ ਭਈ ਉਹ ਬੇਲ ਚਾਚੇ ਯਾ ਮਤਲਬ ਮਾਰੂ ਇਹਨਾਂ ਸਿਰ ਵਿੱਚ ਹਾਂ ਇਹ ਨਾ ਕਰਨ ਨੂੰ ਇੱਕ ਆਪਣੇ ਸਿਰ ਵਿੱਚ ਮਾਰੂ ਤਾਂ ਇਹਨਾਂ ਇੱਕ ਇਹਨਾਂ ਸਿਰ ਵਿੱਚ ਨਾ ਨਾ ਆਪਣੇ ਸਿਰ ਵਿੱਚ ਮਾਰਾ ਹੈ ਮੇਰੇ ਨਾ ਮਾਰਾ ਹੈ ਕਿਉਂ ਮੈਂ ਤਾਂ ਖੈਰ ਤਾਲੇ ਲੱਗੇ ਵਦਨ ਤੇਰੇ ਦਿਮਾਗ ਨੂੰ ਤਾਲਾ ਖੁੱਲਿਆ ਵੇ ਸੀ ਤੇ ਗੁਨਾ ਸਮਝ ਸਾਰੀ ਅੰਧੀ ਪੈ ਨਾ ਕਸ਼ਾ ਹੁਣ ਮਿਹਰਬਾਨੀ ਕਰੇ ਕੱਲ ਜਰਾ ਨਾ ਵਕਤੀ ਉਡੇ ਜੁਲਣੇ ਜੂ ਹੀ ਉਥੋਂ ਆਉਂ ਇੱਥਾਂ ਤਕਰੀਬਨ ਅਸਾਂ 10 ਵਜੇ ਸਾਰੀ ਆਪਣਾ ਦੇਗਾ ਚਾਲੂ ਥੀ ਵਜਨ ਵਾ ਖੁਦਾ ਦਾ ਨਾਮ ਕਿਉਂ ਸਾਰਾ ਸਿਰ ਚੱਟ ਕਰਦੀ ਵੇ ਕੋਈ ਬੇਮੁਰੀ ਦੀ ਪਾੜ ਵਾਂਜ ਪਟ ਸਾਰੀ ਫੁਰਸਤ ਕਹਿ ਨਹੀਂ ਅੱਬਾ ਕਿਉਂ ਸਾਡਾ ਸਿਰ ਚੱਟ ਕਰਵੇਂਦੇ ਅਸਾਂ ਤਾਂ ਕੋਈ ਜਵਾਬ ਨਹੀਂ ਦਿੱਤੀ ਬੈਠੇ ਆ ਤਾਂ ਚਾਵਲ ਨਹੀਂ ਪਕਾ ਦੇਗਾ ਸਰ ਸਾਡੇ ਇੱਕ ਰੱਗਾ ਫੁਕਵਾ ਸੱਟੀ ਸਾਡੇ ਕੋਲੇ ਕੰਮ ਨਹੀਂ ਥੀਂਦਾ ਮਿਹਰਬਾਨੀ ਕਰੋ ਹੁਣ ਇਥੇ ਹੀ ਕਰਾ ਕੇ ਵਾਲ ਬਿਆ ਬੂਆ ਗੋਲਾ ਲੜਵਾਰ ਸਾਰੇ ਪਸੀਨੇ ਛੁੜਵਾ ਦਿੱਤੀ ਸਾਕੋ ਦੇਗਾ ਤੁਹਾਡਾ ਸੁਣਦੇ ਸਾਰੇ ਹਾਲਤ ਪਸੀਨੇ ਸਾਕੋ ਛੁੱਟ ਗਿਆ ਨਾ ਯਾਰ ਦੇਗਾ ਤੁਸਾਂ ਚੰਗੇ ਤਰੀਕੇ ਨਾਲ ਪਕੇ ਨਾ ਚੰਗੇ ਤਰੀਕੇ ਨਾਲ ਦੇਗਾ ਪਕੇ ਨੂੰ ਪਰ ਇਹ ਲੜਾਇਆ ਬਿੜਾਇਆ ਕੈਸੇ ਕਰਨਾ ਸਾ ਸਾਦਾ ਕੰਮ ਹੈ ਦੇਗਾ ਪਕਾਉਣ ਦਾ ਲੜਾਈ ਬਿੜਾਈ ਦਾ ਕੋਈ ਉਹਨੇ ਕੋ ਅਸਾਂ ਨਹੀਂ ਕਰਦੇ ਸੀ ਸਾਕੋ ਚਾਟਾ ਮਾਰਦੇ ਕਿ ਅਸਾਂ ਉਹ ਨਹੀਂ ਬਦਲਾ ਕੀਤਾ ਹਾਂ ਬਾਕੀ ਸਾਕੋ ਕਿ ਦੇਵੇ ਦੇ ਉਹਨੇ ਕਹਿ ਰਿਹਾ
ਯਾਰ ਦੇਖ ਰਹੋ ਮੈਂ ਤਾਂ ਹੁਣ ਮਿਹਰਬਾਨੀ ਕਰੋ ਕੋਈ ਵਾਸਤਾ ਕਾਇ ਨੀ ਇਹ ਤੇਰਾ ਪੇਸ਼ਾ ਭਰਾ ਭੁਗਤਾ ਅਕਲ ਕੁੱਤਾ ਲੈ ਤੂੰ ਤੇ ਵਧੀ ਬਸ ਹੁਣ ਕਿਹਾ ਤੇ ਕੋ ਮੈਂ ਆਖਾਂ ਤੇਰਾ ਵਧੀ ਚੇਤਾ ਪੱਟਿਆ ਚੇਤਾ ਆਪਣੇ ਚੇਤ ਦਾ ਇਲਾਜ ਕਰਵਾ ਮੈਂ ਤੁਹਾਡਾ ਨੌਕਰ ਕਹਿ ਨੀ ਜੋ ਥੋਂ ਕੇ ਰਾਇਆ ਇੱਥਾ ਦੇਗਾ ਪਕਵਾਉਣ ਵਾਸਤੇ ਤੁਹਾਨੂੰ ਪਕਾਵਣਿਆ ਪੋਸੈਨ ਕਿਉਂ ਪਕਾਵਣਿਆ ਪੋਸੈਨ ਕਈ ਦੇਗਾ ਸ਼ੇਗਾ ਕਹਿ ਨੀ ਪਕਦਾ ਉੱਠੀ ਤੋਂ ਓਏ ਖਨ ਬਾਈ ਨੂੰ ਜਾਵੇਂ ਓਏ ਹਾਂ ਦੇਗਾ ਪਕਾਵੇਗਾ ਕੋਈ ਦੇਗਾ